ਕਿਉਂਕਿ ਉਹਨਾਂ ਨੇ ਮਨ 'ਚ ਚੋਰ ਹੈ ਕੇਜਰੀਵਾਲ ਸਾਹਿਬ ਦੇ, ਰੋਜ਼ ਕਹਿ ਦਿੰਦੇ ਆ ਵੀ ਤਿਹਾੜ ਜੇਲ੍ਹ 'ਚੋਂ ਸਰਕਾਰ ਚੱਲੂਗੀ, ਤਿਹਾੜ ਜੇਲ੍ਹ 'ਚੋਂ ਸਰਕਾਰ ਚੱਲੂਗੀ, ਅਤੇ ਜਦੋਂ ਤਿਹਾੜ ਜੇਲ੍ਹ 'ਚ ਜਾਣ ਦੀ ਨੌਬਤ ਆਈ ਖੜੀ ਹੈ ਅਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਛੱਡ ਕੇ ਮੈਦਾਨ ਭੱਜ ਗਏ, ਜੇ ਭਗਵੰਤ ਮਾਨ ਜੀ ਤਾਂ ਛਾਲ ਮਾਰ ਕੇ ਟਪੂਸੀ ਚੜ੍ਹ ਕੇ ਜਹਾਜ਼ 'ਤੇ ਉਹ ਜਾਵੜੇ। ਬੀਜੇਪੀ ਨੇ ਬੜੀ ਮਹੱਤਵਪੂਰਨ ਮੀਟਿੰਗ ਬੁਲਾਈ ਹੈ, ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਔਰ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਜੀ ਹੁਣੀ ਪਹੁੰਚੇ ਹੋਏ ਨੇ। ਜਾਖੜ ਸਾਹਿਬ, ਬੜੀ ਮਹੱਤਵਪੂਰਨ ਮੀਟਿੰਗ ਅੱਜ ਰੱਖੀ ਗਈ ਆ, ਕੀ ਕੁਝ ਚਰਚਾਵਾਂ ਇਹਦੇ 'ਚ ਹੋਣਗੀਆਂ? ਬਹੁਤ ਸਾਰੀਆਂ, ਜਿਹੜੇ ਦੇਖੋ ਇੱਕ ਤਾਂ ਨਵੇਂ ਸਾਲ ਦੇ ਅੰਦਰ ਸਾਰਿਆਂ ਨੂੰ ਵਧਾਈ ਦੇਣੀ ਸੀ। ਬੀਜੇਪੀ ਨੇ ਜਿਹੜਾ 3 ਸਟੇਟਸ ਦੇ ਅੰਦਰ ਬਹੁਤ ਹੀ ਇੱਕ ਹੁੰਝਾਮਾਰ ਜਿੱਤ ਹਾਸਿਲ ਕੀਤੀ ਹੈ, ਉਹਨੂੰ ਲੈ ਕੇ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਸਪੈਸੀਫਿਕਲੀ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਅੰਦਰ ਕਿਸ ਕਿਸਮ ਦੇ ਹਾਲਾਤ ਸੀਗੇ, ਕਿਉਂ ਲੋਕ ਇਹਨਾਂ ਨੂੰ ਕਾਂਗਰਸ ਦੇ ਖਾਤੇ 'ਚ ਲਿਖੀ ਬੈਠੇ ਸੀ, ਮੱਧ ਪ੍ਰਦੇਸ਼ ਵੀ ਲੈ ਗਈ ਜੀ ਕਾਂਗਰਸ ਅਤੇ ਛੱਤੀਸਗੜ੍ਹ ਵੀ ਲੈ ਗਈ, ਅਤੇ ਕਿਸ ਤਰ੍ਹਾਂ ਉੱਥੇ ਹਾਲਾਤ ਬਣੇ ਹੈ, ਉਹ ਸਾਰਿਆਂ ਨੂੰ ਲੈ ਕੇ ਜਿਹੜੇ ਉਹਨਾਂ ਨੇ ਆਪਣੇ ਵਿਚਾਰ ਆਪਣਾ ਐਕਸਪੀਰੀਅੰਸ ਸਾਂਝੇ ਕੀਤੇ, ਉਹ ਸਾਰਿਆਂ ਨਾਲ ਕੀਤੇ, ਉਹਨੂੰ ਅੱਗੇ ਉਸ ਕਿਸਮ ਦੀ ਰਣਨੀਤੀ ਪੰਜਾਬ ਦੇ ਅੰਦਰ ਅੱਗੇ ਲੈ ਕੇ ਅਸੀਂ ਚੱਲਣ ਵਾਸਤੇ ਸਾਰੇ ਗਰਾਊਂਡ ਲੈਵਲ 'ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਬੀਜੇਪੀ, ਕਿਉਂਕਿ ਕਹਿੰਦੇ ਆ ਕਿ ਅਸੀਂ ਇਕੱਲੇ 13 ਸੀਟਾਂ ਲਈ ਕਾਬਲ ਹੈ, ਤਾਂ ਕੀ ਸਥਿਤੀ ਉਹ ਜਿਹੜਾ ਰਿਪੋਰਟ ਲੈਣ ਦੀ ਕੋਸ਼ਿਸ਼? ਸੂਬੇ ਦੀ ਆਪਣੀ ਆਪਣੀ ਸਥਿਤੀ ਹੈ ਸਭ, ਉੱਥੇ ਮੱਧ ਪ੍ਰਦੇਸ਼ 'ਚ 18 ਸਾਲ ਰਾਜ ਦੇ ਬਾਅਦ ਐਂਟੀ ਇਨਕਮਬੈਂਸੀ ਨੂੰ ਕਿਸ ਤਰ੍ਹਾਂ ਬੀਟ ਕੀਤਾ, ਉਸੇ ਤਰ੍ਹਾਂ ਛੱਤੀਸਗੜ੍ਹ ਦੇ ਅੰਦਰ ਜਿਹੜੇ ਕਹਿੰਦੇ ਸੀ ਵੀ ਰਮਨ ਸਿੰਘ ਜੀ ਨੇ ਇੱਕ ਇਹੋ ਜਿਹਾ ਵਿਨਿੰਗ ਫਾਰਮੂਲਾ ਪਾੜ ਲਿਆ ਵੀ ਉਹਦੇ ਬਾਅਦ ਕਿਤੇ ਹੁਣ ਤਾਂ ਹਮੇਸ਼ਾ ਕਾਂਗਰਸ ਦੇ ਪੈਰ ਲੱਗੇ, ਪੰਜਾਬ ਦੀ ਆਪਣੀ ਸਥਿਤੀ ਹੈ, ਅਸੀਂ 23 ਤੋਂ 117 'ਚ ਜਾਣ ਦਾ ਸਾਡੀ ਗਰਾਊਂਡ ਰਿਐਲਿਟੀਜ਼ ਉਹਨਾਂ ਨਾਲੋਂ ਵੱਖ ਅੱਡ ਹੈਗੀਆਂ, ਅਸੀਂ ਇੱਥੇ ਦੇ ਹਿਸਾਬ ਨਾਲ ਕੰਮ ਕਰਾਂਗੇ। ਬੇਸਿਕਲੀ ਲੋਕ ਅੱਜ ਜਿਹੜੇ ਹੈ ਉੱਥੇ ਵੀ ਲੋਕਾਂ ਨੇ ਸਬੂਤ ਸਾਬਿਤ ਕਰਤਾ ਵੀ ਚਾਹੇ ਕਿੰਨੇ ਉਹਨਾਂ ਨੇ ਰੇਵੜੀਆਂ ਵੰਡੀਆਂ, ਚਾਹੇ ਰਾਜਸਥਾਨ 'ਚ ਵੰਡੀਆਂ, ਉੱਥੇ ਵੰਡੀ, ਲੋਕਾਂ ਨੇ ਦੇਸ਼ ਨੂੰ ਦੇਖ ਕੇ ਵੀ ਹਿੰਦੁਸਤਾਨ ਮਜ਼ਬੂਤ ਹੋਊਗਾ ਤਾਂ ਮੱਧ ਪ੍ਰਦੇਸ਼ ਵੀ ਮਜ਼ਬੂਤ ਹੋਊਗਾ। ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨੂੰ ਲੈ ਕੇ ਵੀ ਤੁਸੀਂ ਆਪਦੀ ਜਿਹੜੀ ਚਰਚਾ? ਉਹ ਦਿੱਲੀ ਹੋਊਗਾ ਇਸ ਮੀਟਿੰਗ 'ਚ, ਇਸ ਮਸਲੇ 'ਤੇ ਕੋਈ। ਪਰ ਪਹਿਲਾਂ ਕੋਈ ਹੇਠਲੇ ਜਿਹੜੇ ਵਰਕਰ ਜਾਂ ਪ੍ਰਧਾਨ ਨੇ ਉਹਨਾਂ ਦੀ ਰਾਏ ਲੈਣ ਦੀ ਕੋਸ਼ਿਸ਼? ਉਹ ਰਾਏ ਆਪਸ 'ਚ ਗੱਲਬਾਤ ਹੁੰਦੀਆਂ ਰਹਿੰਦੀਆਂ, ਉਦੋਂ ਜਦੋਂ ਕੋਈ ਰਾਏ ਪੁੱਛਣਗੇ ਉਹ ਰਾਏ ਵੀ ਸਾਂਝੀ ਕਰਾਂਗੇ। ਕੇਜਰੀਵਾਲ ਸਾਹਿਬ ਹੁਣ ਈਡੀ 'ਤੇ ਲਗਾਤਾਰ ਸਵਾਲ ਚੁੱਕ ਰਹੇ ਨੇ, ਉਹਨਾਂ ਨੂੰ ਉਹਨਾਂ ਦਾ ਜਿਹੜਾ ਤੌਰ ਤਰੀਕਾ ਉਹਦੇ 'ਤੇ ਸ਼ੰਕੇ ਨੇ। ਦੇਖੋ ਜਦੋਂ ਜਾਣਾ ਹੀ ਨਹੀਂ ਉਹਨਾਂ ਨੇ ਤਾਂ ਫਿਰ ਕਾਹਦੇ ਸੰਕੇ ਚੱਕਣੇ ਸਾਹਿਬ, ਇਹ ਕਦੀ ਵਿਪਾਸਨਾ ਹੋਰ ਕਿਤੇ ਕਰਿਆ, ਹੁਣ ਆਂਧਰਾ ਪ੍ਰਦੇਸ਼ 'ਚ ਇਕੱਠੇ ਜਾ ਵੜਦੇ ਤਾਂ ਮੈਂ ਸਮਝਦਾ ਕਈ ਦਿਨ ਚੰਗਾ ਜੀ ਵੀ ਲੱਗੇ ਰਹਿੰਦਾ ਦੋਨਾਂ ਦਾ, ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਗਏ ਹੈ, ਪਰ ਸਮਝ ਨਹੀਂ ਆਈ ਮੈਨੂੰ ਗੱਲ ਵੀ ਫਿਰ ਕੇਜਰੀਵਾਲ ਸਾਹਿਬ ਨੂੰ ਹੁਸ਼ਿਆਰਪੁਰ ਕਿਉਂ ਬੁਲਾਇਆ ਸੀਗਾ? ਜੇ ਹੁਸ਼ਿਆਰਪੁਰ ਮਾੜਾ ਹੈ ਵੀ ਉੱਥੇ ਭਗਵੰਤ ਮਾਨ ਜੀ ਜਾਣ ਦੇ ਕਾਬਲ ਹੀ ਨਹੀਂ ਸਮਝਦੇ, ਜਾਣਾ ਹੀ ਉੱਥੇ ਸੀਗਾ ਤੇ ਕੇਜਰੀਵਾਲ ਸਾਹਿਬ ਨੂੰ ਨਾਲ ਲੈ ਜਾਂਦੇ। ਤੁਸੀਂ ਸ਼ੰਕਾ ਜਤਾ ਰਹੇ ਹੋ, ਤੁਸੀਂ ਕਹਿੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਕੋਈ ਨਾ ਕੋਈ ਗੜਬੜ ਹੈ, ਪਰ ਉਹ ਕਹਿੰਦੇ ਨੇ ਕਿ ਸਭ ਸਾਡਾ ਠੀਕ ਠਾਕ? ਕਹਿੰਦੇ ਤਾਂ ਸਾਰੇ ਆਈ ਹੈ ਸਾਹਿਬ, ਟਿਲ ਦਾ ਟਾਈਮ ਜਦੋਂ ਤਾਈਂ ਡਾਈਵੋਰਸ ਹੋ ਨਾ ਜੇ ਸਾਰਾ ਕੁਝ ਚੰਗਾ ਹੀ ਹੁੰਦਾ ਪਰਿਵਾਰ ਦੇ ਅੰਦਰ, ਭਾਂਡੇ ਖੜਕਣ ਲੱਗੇ ਸਾਹਿਬ, ਡਾਈਵੋਰਸ ਕਦੋਂ ਹੁੰਦਾ? ਦੇਖੋ ਕਿਉਂਕਿ ਹੁਣ ਪੱਲਾ ਝਾੜ ਰਹੇ ਹੈ, ਇੱਧਰ ਭੀੜ ਪਈ ਹੈ, ਦੇਖੋ ਕੇਜਰੀਵਾਲ ਸਾਹਿਬ ਨੇ ਈਡੀ ਨੇ ਬੁਲਾ ਰੱਖਿਆ ਅਤੇ ਹਾਲਾਤ ਕਿਉਂਕਿ ਉਹਨਾਂ ਨੇ ਮਨ 'ਚ ਚੋਰ ਹੈ ਕੇਜਰੀਵਾਲ ਸਾਹਿਬ ਦੇ, ਰੋਜ਼ ਕਹਿ ਦਿੰਦੇ ਆ ਵੀ ਤਿਹਾੜ ਜੇਲ੍ਹ 'ਚੋਂ ਸਰਕਾਰ ਚੱਲੂਗੀ, ਤਿਹਾੜ ਜੇਲ੍ਹ 'ਚੋਂ ਸਰਕਾਰ ਚੱਲੂਗੀ, ਅਤੇ ਜਦੋਂ ਤਿਹਾੜ ਜੇਲ੍ਹ 'ਚ ਜਾਣ ਦੀ ਨੌਬਤ ਆਈ ਖੜੀ ਹੈ ਅਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਛੱਡ ਕੇ ਮੈਦਾਨ ਭੱਜ ਗਏ, ਜੇ ਭਗਵੰਤ ਮਾਨ ਜੀ ਤਾਂ ਛਾਲ ਮਾਰ ਕੇ ਟਪੂਸੀ ਚੜ੍ਹ ਕੇ ਜਹਾਜ਼ 'ਤੇ ਉਹ ਜਾਵੜੇ ਉੱਥੇ। ਤੁਹਾਨੂੰ ਲੱਗਦਾ ਕਿ ਮਾਨ ਸਾਹਿਬ ਪਾਸੇ ਹਟ ਰਹੇ ਨੇ? ਦੇਖੋ ਸਾਹਿਬ ਬੜੇ ਘੱਟ ਲੋਕ ਖੜ੍ਹਦੇ ਆ ਨਾਲ ਜਦੋਂ ਆ, ਪਰ ਕਿਉਂਕਿ ਆ ਜੂਗਾ ਸਾਹਿਬ, ਕਿਉਂਕਿ ਆ ਜਿਹੜੇ ਕੇਸ 'ਚ ਜਾ ਰਹੇ ਆ ਨਾ, ਕੋਈ ਪੁੰਨ ਨਹੀਂ ਜਾ ਰਹੇ ਸਾਹਿਬ, ਜਿਹੜਾ ਨਿਉਂਤਾ ਆਇਆ ਈਡੀ ਦਾ ਉਹ ਦਾਰੂ ਵਾਲੇ ਮਸਲੇ 'ਚ ਹੈ, ਅਤੇ ਦਾਰੂ ਦੀ ਉਹੀ ਸਕੀਮ ਪੋਲਿਸੀ ਜਿਹੜੀ ਉੱਥੇ ਲੱਗੀ ਹੈ ਦਿੱਲੀ 'ਚ, ਪੰਜਾਬ 'ਚ ਵੀ ਹੈ, ਇਸ ਕਰਕੇ ਮੇਰੇ ਸਮਝ ਨਹੀਂ ਆਏ ਵੀ ਅੱਜ ਤਾਂ ਈਡੀ ਦਾ ਸਮਾਂ ਇੱਧਰ ਤਾਂ ਆਇਆ ਨਹੀਂ, ਫਿਰ ਕਿਉਂ ਵਿਪਾਸਨਾ ਕਰਨ ਜਾਵੜੇ ਭਗਵੰਤ ਮਾਨ ਜੀ? ਅੱਜ ਤਾਂ ਇਹਨਾਂ ਵਾਲੀ ਵਿਪਾਸਨਾ ਦਾ ਦੇਖੀਏ ਕੀ ਬਣਦਾ। ਇੰਡੀਆ ਗੱਠਜੋੜ, ਇੰਡੀਆ ਗੱਠਜੋੜ ਨੂੰ ਕਿਵੇਂ ਦੇਖਦੇ ਸਾਹਿਬ? ਕਿੱਦਾਂ ਦੇਖੀਏ? ਸੁਨੀਲ ਜਾਖੜ ਹੋਣੀ
ਕਹਿੰਦੇ ਨੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਬੜੀਆਂ ਮਹੱਤਵਪੂਰਨ ਚਰਚਾਵਾਂ ਹੋਣੀਆਂ ਨੇ, ਪਰ ਨਾਲ ਹੀ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਲਾਉਂਦੇ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ ਜਦੋਂ ਈਡੀ ਨੇ ਬੁਲਾਇਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਉਹਨਾਂ ਦੇ ਨਾਲ ਖੜਨ ਦੀ ਬਜਾਏ ਕਹਿੰਦੇ ਕਿ ਆਪਣੀ ਉਪਾਸਨਾ ਕਰਨ ਲਈ ਚਲੇ ਗਏ ਨੇ। ਕਈ ਤਰ੍ਹਾਂ ਦੇ ਪੋਲੀਟੀਕਲ ਵਾਰ ਪਲਟਵਾਰ ਆ ਜਿਹੜੇ ਉਹ ਜਾਰੀ ਨੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।